ਕੀ ਹੋਇਆ? ਹੇਮਕੁੰਡ ਸਾਹਿਬ ਯਾਤਰਾ ਦੇ ਦੌਰਾਨ ਯਾਤਰਾ ਵਾਲੀ ਬੱਸ ਇੱਕ ਪੱਥਰ ਨਾਲ ਟਕਰਾ ਕੇ ਗਿਰੀ ਖਾਈ ਚ। ਉਸ ਤੋਂ ਬਾਅਦ ਜੋ ਹੋਇਆ ਉਹ ਘਟਨਾ ਦੇਖ ਤੁਹਾਡੇ ਵੀ ਹੋਸ਼ ਉੱਡ ਜਾਣਗੇ। ਅੱਜ ਤੱਕ ਤੁਸੀਂ ਗੁਰੂ ਸਾਹਿਬ ਦੇ ਚਮਤਕਾਰ ਸੁਣੇ ਹੀ ਹੋਣਗੇ, ਪਰ ਅੱਜ ਤੁਸੀਂ ਆਪਣੀ ਅੱਖਾਂ ਦੇ ਨਾਲ ਵੀ ਦੇਖੋਗੇ। ਇਹ ਘਟਨਾ ਸਾਡੇ ਨਾਲ ਰਾਜਸਥਾਨ ਦੇ ਵਿੱਚ ਰਹਿਣ ਵਾਲੇ ਤਰਲੋਕ ਸਿੰਘ ਨੇ ਸਾਂਝੀ ਕੀਤੀ ਹੈ। ਤਰਲੋਕ ਸਿੰਘ ਦੱਸਦੇ ਨੇ ਕਿ ਉਹ ਇੱਕ ਵੱਡੇ ਕਿਸਾਨ ਨੇ, ਉਹਨਾਂ ਦੇ ਕੋਲ ਲਗਭਗ 100 ਤੋਂ ਵੱਧ ਕਿੱਲਾ ਹੈ ਜਿਸ ਦੀ ਉਹ ਖੇਤੀ ਕਰਦੇ ਨੇ, ਅਤੇ ਉਸ ਦੇ ਨਾਲ ਹੀ ਉਹ ਇੱਕ ਗੁਰੂ ਸਿੱਖ ਅੰਮ੍ਰਿਤਧਾਰੀ ਸਿੰਘ ਵੀ ਨੇ। ਤਰਲੋਕ ਸਿੰਘ ਦੱਸਦੇ ਨੇ ਕਿ ਉਹ ਪਾਠ ਕੀਤੇ ਬਿਨਾਂ ਕੁਝ ਵੀ ਨਹੀਂ ਖਾਂਦੇ, ਅਤੇ ਪਿਛਲੇ ਸਾਲ ਉਹਨਾਂ ਨੇ ਹੇਮਕੁੰਡ ਸਾਹਿਬ ਜਾ ਕੇ ਗੁਰੂ ਸਾਹਿਬ ਜੀ ਦੇ ਦਰਸ਼ਨ ਕੀਤੇ। ਇਸ ਲਈ ਇਸ ਸਾਲ ਵੀ ਤਰਲੋਕ ਸਿੰਘ ਹੇਮਕੁੰਡ ਸਾਹਿਬ ਜਾ ਕੇ ਗੁਰੂ ਦੇ ਦਰਸ਼ਨ ਕਰਨ ਦਾ ਮਨ ਬਣਾ ਲਿਆ। ਤਰਲੋਕ ਸਿੰਘ ਨੇ ਖੁਸ਼ੀ ਖੁਸ਼ੀ ਦੇ ਨਾਲ ਸ਼੍ਰੀ ਹੇਮਕੁੰਡ ਸਾਹਿਬ ਜਾਣ ਦੀ ਤਿਆਰੀ ਕੀਤੀ, ਅਤੇ ਉਹ ਦਿਨ ਆ ਹੀ ਗਿਆ। ਤਰਲੋਕ ਸਿੰਘ ਆਪਣੇ ਘਰ ਦੇ ਕੋਲ ਬੱਸ ਅੱਡੇ ਤੇ ਗਏ ਹੇਮਕੁੰਡ ਸਾਹਿਬ ਦੀ ਬੱਸ ਫੜਨ ਦੇ ਲਈ। ਤਰਲੋਕ ਸਿੰਘ ਨੂੰ ਇੰਨੀ ਖੁਸ਼ੀ ਸੀ ਕਿ ਉਸ ਦੀ ਖੁਸ਼ੀ ਦੇਖ ਕੇ ਉਸ ਬੱਸ ਦੇ ਵਿੱਚ ਬੈਠੇ ਹੋਰ ਲੋਕ ਵੀ ਖੁਸ਼ ਹੋ ਰਹੇ ਸੀ। ਤਰਲੋਕ ਸਿੰਘ ਰਾਸਤੇ ਦੇ ਵਿੱਚ ਗੁਰੂ ਸਾਹਿਬ ਦਾ ਜੈਕਾਰੇ ਲਾਉਂਦੇ ਹੋਏ, ਮੂਲ ਮੰਤਰ ਦਾ ਜਾਪ ਕਰਦੇ ਹੋਏ ਯਾਤਰਾ ਕਰ ਰਹੇ ਸੀ। ਮੀਂਹ ਦਾ ਮੌਸਮ ਸੀ, ਅਤੇ ਹੇਮਕੁੰਡ ਸਾਹਿਬ ਜਾਣ ਵਾਲਾ ਰਾਸਤਾ ਵੀ ਇੰਨਾ ਠੀਕ ਨਹੀਂ ਸੀ। ਇਸ ਲਈ ਬੱਸ ਦੇ ਡਰਾਈਵਰ ਨੇ ਪਹਿਲਾਂ ਹੀ ਸਾਰਿਆਂ ਨੂੰ ਦੱਸ ਦਿੱਤਾ ਸੀ ਕਿ ਸਭ ਧਿਆਨ ਰੱਖਣਾ ਅਤੇ ਗੁਰੂ ਸਾਹਿਬ ਤੇ ਮੂਲ ਮੰਤਰ ਦਾ ਜਾਪ ਕਰਦੇ ਰਹਿਣਾ। ਬੱਸ ਪਹਾੜਾਂ ਦੇ ਰਾਸਤੇ ਤੋਂ ਜਾ ਰਹੀ ਸੀ, ਤੇ ਉੱਥੇ ਮੀਂਹ ਸ਼ੁਰੂ ਹੋ ਗਿਆ। ਡਰਾਈਵਰ ਨੇ ਉੱਥੇ ਹੀ ਬੱਸ ਰੋਕ ਦਿੱਤੀ ਅਤੇ ਬੋਲਿਆ ਕਿ ਮੀਂਹ ਬੰਦ ਹੋਣ ਤੋਂ ਬਾਅਦ ਅੱਗੇ ਚੱਲਾਂਗੇ, ਕਿਉਂਕਿ ਅੱਗੇ ਦੇ ਰਾਸਤੇ ਠੀਕ ਨਹੀਂ ਸੀ। ਥੋੜੀ ਦੇਰ ਵਿੱਚ ਮੀਂਹ ਬੰਦ ਹੋ ਗਿਆ, ਅਤੇ ਫਿਰ ਤੋਂ ਬੱਸ ਹੇਮਕੁੰਡ ਸਾਹਿਬ ਜੀ ਸਾਈਡ ਚੱਲ ਪਈ। ਅੱਗੇ ਜਾ ਰਹੀ ਸੀ ਕਿ ਇੱਕ ਬਹੁਤ ਵੱਡਾ ਭਿਆਨਕ ਪੱਥਰ ਪਹਾੜ ਤੋਂ ਨੀਚੇ ਦੀ ਸਾਈਡ ਆ ਰਿਹਾ ਸੀ। ਰਾਸਤੇ ਠੀਕ ਨਹੀਂ ਸੀ, ਇਸ ਲਈ ਡਰਾਈਵਰ ਬੱਸ ਨੂੰ ਤੇਜ਼ ਨਹੀਂ ਚਲਾ ਸਕਦਾ ਸੀ, ਅਤੇ ਦੇਖਦੇ ਹੀ ਦੇਖਦੇ ਉਹ ਪੱਥਰ ਬੱਸ ਦੇ ਵਿੱਚ ਆ ਟਕਰਾਇਆ। ਪੱਥਰ ਬਹੁਤ ਵੱਡਾ ਸੀ, ਇਸ ਲਈ ਬੱਸ ਦਾ ਬੈਲੈਂਸ ਵਿਗੜ ਗਿਆ, ਅਤੇ ਬੱਸ ਖਾਈ ਦੀ ਸਾਈਡ ਜਾਣ ਲੱਗੀ, ਅਤੇ ਬੱਸ ਦੇ ਵਿੱਚ ਸਾਰੇ ਯਾਤਰੀ ਚੀਕਾਂ ਮਾਰਨ ਲੱਗੇ। ਉੱਥੇ ਹੀ ਤਰਲੋਕ ਸਿੰਘ ਵੀ ਬਹੁਤ ਡਰ ਗਿਆ ਸੀ। ਤਰਲੋਕ ਸਿੰਘ ਨੇ ਕਿਹਾ ਕਿ ਹੇ ਵਾਹਿਗੁਰੂ ਸੱਚੇ ਪਾਤਸ਼ਾਹ, ਬੱਸ ਦੇ ਵਿੱਚ ਬੈਠੇ ਸਾਰੇ ਲੋਕ ਤੁਹਾਡੇ ਹੀ ਦਰਸ਼ਨ ਲਈ ਜਾ ਰਹੇ ਨੇ, ਹੁਣ ਤੁਸੀਂ ਹੀ ਸਾਰਿਆਂ ਦੀ ਰਕਸ਼ਾ ਕਰਨੀ ਹੈ। ਬੱਸ ਖਾਈ ਦੀ ਸਾਈਡ ਜਾ ਰਹੀ ਸੀ ਤੇ ਝਟਕਾ ਲੱਗਿਆ, ਤੇ ਬੱਸ ਉੱਥੇ ਹੀ ਰੁਕ ਗਈ। ਕਿਸੇ ਨੂੰ ਸਮਝ ਨਹੀਂ ਆ ਰਿਹਾ ਸੀ ਕਿ ਉਹਨਾਂ ਦੇ ਨਾਲ ਕੀ ਹੋ ਰਿਹਾ ਹੈ। ਸਾਰੇ ਬੱਸ ਤੋਂ ਨੀਚੇ ਉਤਰ ਕੇ ਦੇਖਦੇ ਨੇ ਤਾਂ ਇੱਕ ਲੋਹੇ ਦੀ ਰੌੜ ਬੱਸ ਦੇ ਸਾਹਮਣੇ ਸੀ, ਜਿਸ ਦੇ ਉੱਤੇ ਬੱਸ ਰੁਕੀ ਹੋਈ ਸੀ। ਕਿਸੇ ਨੂੰ ਯਕੀਨ ਨਹੀਂ ਹੋ ਰਿਹਾ ਸੀ ਕਿ ਇਹ ਕਿਵੇਂ ਹੋ ਸਕਦਾ ਹੈ, ਇੰਨੀ ਭਾਰੀ ਬੱਸ ਲੋਹੇ ਦੀ ਰਾੜ ਦੇ ਉੱਤੇ ਕਿਵੇਂ ਰੁਕ ਸਕਦੀ ਹੈ। ਤਰਲੋਕ ਸਿੰਘ ਦੇ ਵੀ ਹੋਸ਼ ਉੱਡੇ ਹੋਏ ਸੀ। ਉਹਨਾਂ ਨੂੰ ਅਹਿਸਾਸ ਹੋਇਆ ਕਿ ਜਿਵੇਂ ਗੁਰੂ ਸਾਹਿਬ ਨੇ ਹੀ ਆ ਪਾ ਕੇ ਉਸ ਬੱਸ ਨੂੰ ਖਾਈ ਤੋਂ ਜਾਣ ਤੋਂ ਰੋਕਿਆ ਹੋਵੇ। ਪਰ ਤਰਲੋਕ ਸਿੰਘ ਸਮਝ ਚੁੱਕਿਆ ਸੀ ਕਿ ਗੁਰੂ ਸਾਹਿਬ ਨੇ ਹੀ ਉਹਨਾਂ ਸਾਰੇ ਯਾਤਰੀਆਂ ਦੀ ਰਕਸ਼ਾ ਕੀਤੀ ਹੈ, ਨਹੀਂ ਤਾਂ ਇਸ ਹਾਦਸੇ 'ਚ ਕੋਈ ਵੀ ਨਹੀਂ ਜਿਉਂਦਾ ਬਚਦਾ। ਤੁਹਾਡਾ ਇਸ ਘਟਨਾ ਦੇ ਬਾਰੇ ਕੀ ਕਹਿਣਾ ਹੈ, ਸਾਨੂੰ ਕਮੈਂਟ ਬਾਕਸ ਦੇ ਵਿੱਚ ਕਮੈਂਟ ਕਰਕੇ ਜ਼ਰੂਰ ਦੱਸਿਓ। ਇਸ ਤਰ੍ਹਾਂ ਦੇ ਵੀਡੀਓ ਦੇਖਣ ਦੇ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲਵੋ, ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰਿਓ।
ਨਵੀਂ ਵੀਡੀਓ ਲੈ ਕੇ ਜਲਦੀ ਹੀ ਆਵਾਂਗੇ। ਉਦੋਂ ਤੱਕ ਦੇ ਲਈ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।